मणिपुर विच हुई हिंसा अते मसीह भाईचारे दे लोकां दे नाल मारकुटाई ते धक्केशाही दे रोस वजों बटाला दे विच मसीह भाईचारे ने बटाला दे गांधी चौंक विखे केंद्र सरकार दे खिलाफ रोस प्रदर्शन किया। इस प्रदर्शन दे विच बटाला अते आले दुआले दे इलाकियां दे वक-वक चर्चा दे फादर साहिबान अते मसीह भाईचारे दे आगू भी शामिल होए। मणिपुर हिंसा दे दोषियों खिलाफ कारवाई करन अते मसीह भाईचारे दे लोकां नूं इंसाफ दवाउण दी मंग करदिआं मंग पत्र DSP सिटी नूं सौंपिया गया। गलबात करदिआं मसीह भाईचारे दे आगूआं ने कहा कि मणिपुर दे विच जिस तरीके दे नाल ईसाई भाईचारे दे लोकां नूं मारिया जा रहा ते चर्चा विच तोड़फोड़ कीती जा रही है उस दे सिद्धे तौर ते जिम्मेवार केंद्र सरकार है। केंद्रीय गृह मंत्री अमित शाह अते प्रधानमंत्री नरेंद्र मोदी नूं हिंसा दा शिकार होए मसीह भाईचारे दे लोकां नूं योग मुआवजा देण दे नाल नाल इस दी उच्च पद्धरी जांच करवानी चाहिदी है ते दोषियों नूं सज़ा भी मिलनी चाहिदी है। आगुआं ने दोष लगाया कि भारत विच घट गिनतियां नाल लगातार वधीकियां हो रही ने पर केंद्र सरकार दा इस वल कोई भी ध्यान नहीं है। उन्होंने कहा कि इस दे रोस वजो अज एक मंग पत्र प्रधानमंत्री नरेंद्र मोदी दे नाम DSP सिटी राही भेजा गया ते मंग कीती गई है कि प्रधानमंत्री खुद मणिपुर विच जा के स्थिति दा जायजा लैण ते हिंसा दा शिकार होए मसीह भाईचारे दे लोकां नूं योग मुआवजा देण अते दोषियों खिलाफ कानूनी कार्रवाई करन। मैं ये कहना चाहती हाँ सब तो वध कारण नंबर वन जिहड़ा मेन मुद्दा साडा प्रोटेस्ट दा है ਉਹ ਹੈ ਔਰਤਾਂ ਦੇ ਵਿਰੋਧ ਜਿਹੜਾ ਅਤਿਆਚਾਰ ਹੋ ਰਿਹਾ ਹੈ ਅਤੇ ਜਿਹੜਾ ਜੰਗ ਛਿੜਾ ਹੋਇਆ ਹੈ ਉਹ ਜਿਸ ਤਰ੍ਹਾਂ ਮਹਿਲਾਵਾਂ ਨੂੰ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹਨਾਂ ਦੀ ਬੇਅਦਬੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਸ਼ਰੇਆਮ ਉਹਦੇ ਵਿਰੋਧ 'ਚ ਜਿਹੜੀ ਮਹਿਲਾਵਾਂ ਖਾਸ ਕਰਕੇ ਇੱਥੇ ਇਕੱਠੀ ਹੋਈ ਹੈ ਸਾਡਾ ਮਤਲਬ ਮਹਿਲਾਵਾਂ ਦੇ ਉੱਤੇ ਜਿਹੜਾ ਜਿਹੜਾ ਜਿਹੜੀ ਚੀਜ਼ਾਂ ਹੋ ਰਹੀਆਂ ਹੈ ਜਿਹੜੇ ਕੰਮ ਹੋ ਰਹੇ ਹੈ ਉਹ ਸਿਆਸਤ 'ਚ ਕਿੱਥੇ ਉੱਚੇ ਹੈ ਅਤੇ ਮਹਿਲਾਵਾਂ ਦੇ ਜਿਹੜੇ ਅਤਿਆਚਾਰ ਹੋ ਰਹੇ ਉਸਕੋ ਸਿਆਸਤ ਦੇ ਵਿੱਚ ਨਾ ਰਲਾਈਏ ਤਾਂ ਚੰਗਾ ਹੈ ਕਿਉਂਕਿ ਮੇਰਾ ਜਿਹੜਾ ਮੰਨਣਾ ਹੈ ਕਿ ਸਾਡੇ ਕੋਲ ਕਾਨੂੰਨ ਹੈਗੇ ਲੇਕਿਨ ਉਹ ਕਾਨੂੰਨ ਲਾਗੂ ਕਰਨ 'ਚ ਇੰਨਾ ਟਾਈਮ ਲੱਗ ਜਾਂਦਾ ਹੈ ਕਿ ਜਿਹੜੇ ਗੁਨਾਹਗਾਰ ਹੁੰਦੇ ਜਿਹੜੇ ਮੁਜਰਮ ਹੁੰਦੇ ਉਹ ਆਜ਼ਾਦ ਹੋ ਕਰ ਬਰੀ ਹੋ ਕਰ ਨਿਕਲ ਜਾਂਦੇ ਤੋ ਸਾਡਾ ਮਤਲਬ ਜਿਹੜੀ ਗੁਜ਼ਾਰਿਸ਼ ਹੈ ਹਕੂਮਤਾਂ ਦੇ ਅੱਗੇ ਉਹ ਇਹ ਹੈਗੀ ਕਿ ਇਨ ਕਾਨੂੰਨਾਂ ਨੂੰ ਛੇਤੀ ਤੋਂ ਛੇਤੀ ਲਾਗੂ ਕਰਨਾ ਚਾਹੀਏ ਫਾਸਟ ਟਰੈਕ ਕੋਰਟਸ ਹੋਣੇ ਚਾਹੀਏ ਤਾਂ ਕਿ ਕੋਈ ਵੀ ਲੂਪ ਹੋਲ ਨਾ ਹੋਵੇ ਜਿਸ ਸੇ ਕਿ ਇਹ ਜਿਹੜੇ ਮੁਜਰਮ ਹੈ ਜਿਹੜੇ ਗੰਦੇ ਜਾਨਵਰ ਹੈ ਇਹਨਾਂ ਨੂੰ ਜਾਨਵਰ ਹੀ ਕਿਹਾ ਜਾ ਸਕਦਾ ਦੋ ਟਾਂਗ ਵਾਲੇ ਇਨਸਾਨ ਜਿਹੜੇ ਜਾਨਵਰ ਵਾਂਗਰ ਹੈ ਇਨ ਜਾਨਵਰਾਂ ਨੂੰ ਜਾਨਵਰਾਂ ਵਾਂਗਰ ਹੀ ਡੀਲ ਕਰਨਾ ਚਾਹੀਦਾ ਅਤੇ ਇਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਔਰਤਾਂ ਦੀ ਬੱਚਿਆਂ ਦੀ ਸਿਕਿਉਰਿਟੀ ਅਸੀਂ ਮਹਿਫੂਜ਼ ਫੀਲ ਕਰ ਸਕੇ ਇਸ ਸੋਸਾਇਟੀ 'ਚ ਮਤਲਬ ਹਿੰਦੁਸਤਾਨ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਮਤਲਬ ਇੱਕ ਖਤਰਨਾਕ ਜੀ ਜਗ੍ਹਾ ਬਣ ਗਈ ਹੈ ਮਤਲਬ ਜੰਗਲ ਰਾਜ ਹੋ ਗਿਆ ਇੱਥੇ ਸਿਆਸਤ ਵੱਖਰੀ ਗੱਲ ਹੈ ਲੇਕਿਨ ਔਰਤਾਂ ਦੇ ਨਾਲ ਜਿਹੜਾ ਵਿਵਹਾਰ ਹੋ ਰਿਹਾ ਹੈ ਉਸ ਮਤਲਬ ਉਹਦੇ ਲਈ ਖਾਸ ਕਰਕੇ ਮਤਲਬ ਕਿ ਜਿਹੜੀ ਪੋਲੀਟੀਸ਼ੀਅਨਸ ਹੈ ਜਿਹੜੇ ਹੋਮ ਮਿਨਿਸਟਰ ਹੈ ਉਹਨਾਂ ਦੇ ਅੱਗੇ ਸਾਡੀ ਬੇਨਤੀ ਹੈ ਕਿ ਇਹੋ ਜਿਹੇ ਕਾਨੂੰਨਾਂ ਨੂੰ ਜਿਹੜੇ ਬਣੇ ਹੋਏ ਹੈ ਉਹਨਾਂ ਨੂੰ ਛੇਤੀ ਨਾਲ ਛੇਤੀ ਲਾਗੂ ਕਰੋ ਕੜੀ ਤੋਂ ਕੜੀ ਸਜ਼ਾ ਦਿਓ ਮੁਜਰਮਾਂ ਨੂੰ ਤਾਂ ਕਿ ਇਹ ਸੋਸਾਇਟੀ ਜਿਹੜੀ ਹੈ ਸਮਾਜ ਜਿਹੜਾ ਹੈ ਸੇਫ ਬਣ ਜਾਏ ਸਿਕਿਓਰ ਬਣ ਜਾਏ ਅਤੇ ਅਸੀਂ ਸਿਰ ਉਠਾ ਕੇ ਜੀ ਸਕੀਏ ਇੱਜ਼ਤ ਦੇ ਨਾਲ। ਇਹ ਜਿਹੜਾ ਪ੍ਰੋਟੈਸਟ ਹੈ ਜੀ ਅੱਜ ਸਾਡੇ ਬਟਾਲੇ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਸਾਡੀਆਂ ਪਾਸਟ ਐਸੋਸੀਏਸ਼ਨਾਂ ਮੇਨਲਾਈਨ ਚਰਚ ਦ ਸਾਲਵੇਸ਼ਨ ਆਰਮੀ ਮੈਥੋਡਿਸ ਚਰਚ CNI ਚਰਚ ਕੈਥੋਲਿਕ ਔਰ ਪਾਸਟਰ ਐਸੋਸੀਏਸ਼ਨ ਹੈ ਜਿੰਨੀਆਂ ਨੇ ਇੱਕਜੁੱਟ ਬਿਸ਼ਪ ਸਾਹਿਬਾਨ ਸਾਡੇ ਅੱਜ ਇੱਕਜੁੱਟ ਹੋਏ ਨੇ ਜਿਹੜੀ ਮੋਦੀ ਸਰਕਾਰ ਵੱਲੋਂ ਮਣੀਪੁਰ ਦੇ ਵਿੱਚ ਬੜੀ ਘਿਨੌਣੀ ਹਰਕਤ ਕੀਤੀ ਗਈ ਆ ਔਰ ਸਾਡੀ ਪੰਜਾਬ ਕ੍ਰਿਸ਼ਨ ਫੈਡਰੇਸ਼ਨ ਦੀ ਟੀਮ ਯੂਥ ਦੀ ਟੀਮ ਪੂਰੀ ਅੱਜ ਇਸ ਜਗ੍ਹਾ 'ਤੇ ਇਕੱਠੇ ਮਿਲ ਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਾਡੇ ਚੇਅਰਮੈਨ ਆਰਫ ਚੌਹਾਨ ਜੀ ਡਾਇਰੈਕਟਰ ਜੋਰਜ ਗਿੱਲ ਜੀ ਔਰ ਹੋਰ ਜਥੇਬੰਦੀਆਂ ਜਿਹੜੀਆਂ ਸਾਰੀਆਂ ਅੱਜ ਇੱਕਜੁੱਟ ਨੇ ਅਸੀਂ ਅੱਜ BJP ਸਰਕਾਰ ਨੂੰ ਇੱਕ ਚੈਲੰਜ ਦੇਣਾ ਚਾਹੁੰਦੇ ਹਾਂ ਕਿ ਜੇ ਇਹੋ ਜਿਹੀ ਘਿਨੌਣੀ ਹਰਕਤ ਜੇ ਮਣੀਪੁਰ ਦੀ ਹਿੰਸਾ ਜਿਹੜੀ ਇੰਨੇ ਮਹੀਨਿਆਂ ਤੋਂ ਚੱਲ ਰਹੀ ਆ ਚੰਦ ਦਿਨਾਂ ਦੇ ਵਿੱਚ ਬੰਦ ਨਾ ਹੋਈ ਆ ਜਿੰਨੀਆਂ ਸਾਡੀਆਂ ਟੀਮਾਂ ਇਕੱਠੀਆਂ ਮੈਂ ਆਪਣੇ ਭਾਈਚਾਰੇ ਨੂੰ ਅਪੀਲ ਕਰਦਾ ਕਿ ਜਿੱਦਾਂ ਕਿਸਾਨਾਂ ਨੇ ਇਹਨਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ ਇਹਨਾਂ ਦੇ ਪ੍ਰਧਾਨ ਇਹਨਾਂ ਦੇ ਸਰਪੰਚ ਇਹਨਾਂ ਦੇ ਪੰਚ ਇਹ ਜਦੋਂ ਪਿੰਡਾਂ 'ਚ ਵੜਦੇ ਸੀ ਇਹਨਾਂ ਨੂੰ ਜੁੱਤੀਆਂ ਮਾਰ ਮਾਰ ਭਜਾਉਂਦੇ ਸੀ ਉਹ ਹਾਲ BJP ਦੀ ਆਉਣ ਵਾਲੀ ਕਾਰਕੁਨਾਂ ਦਾ ਹੋਏਗਾ ਜੇ ਸਾਡੇ ਜਿਹੜਾ ਮਣੀਪੁਰ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਨਸਾਫ ਨਾ ਮਿਲਿਆ ਉੱਥੇ ਹਿੰਸਾ ਨਾ ਬੰਦ ਹੋਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਸਾਡਾ ਐਲਾਨ ਆ ਪੰਜਾਬ ਕ੍ਰਿਸ਼ਨ ਫੈਡਰੇਸ਼ਨ ਇਹ ਯੂਥ ਦਾ ਐਲਾਨ ਆ ਕਿ ਅਸੀਂ ਇਹਨਾਂ ਦੇ ਪ੍ਰਧਾਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਇਹਨਾਂ ਦੇ ਘਰਾਂ 'ਚ ਜਾ ਕੇ ਬਵਾਂਗੇ ਜੇ ਇਹਨਾਂ ਨੇ ਪੰਜਾਬ 'ਚ ਇਲੈਕਸ਼ਨ ਲੜਨੀ ਆ ਪੰਜਾਬ 'ਚ ਫਾਈਟ ਦੇਣੀ ਆ
ते मोदी नूं जा के कह देण कि कुत्तियां हरकतां बंद कर दे, ये टुच्चियां हरकतां बंद कर दे। ओह ना होवे किसे को हालात समझण जाए जिद्दां श्रीलंका दे विच लोक जदों उत्थों दी तानाशाही सरकार हटदी नहीं सी, घरां 'च वड़ वड़ मंत्रियां ने घर साड़े, मंत्रियां नूं छत्तर मारे। ਉਹ ਹਾਲਾਤ ਮੋਦੀ ਸਰਕਾਰ ਆਪਣਾ ਕਰਾਉਣਾ ਚਾਹੁੰਦੀ ਏ। ਦੇਸ਼ ਨੂੰ ਜਾਗਣਾ ਚਾਹੀਦਾ। ਇੱਥੇ ਗੱਲ ਕਿਸੇ ਭਾਈਚਾਰੇ ਦੀ ਧੀ ਭੈਣ ਦੀ ਨਹੀਂ ਆ, ਇਹ ਬੜੀ ਗੰਦੀ ਸੋਚ ਦੀ ਆ ਕਿ ਨਿਰਵਸਤਰ ਕਰਕੇ ਕਿਸੇ ਭੈਣ ਨੂੰ ਮੈਦਾਨ 'ਚ ਭਜਾਉਣਾ। ਉਹ ਕੁੱਤੇ ਜਿਹੜੇ ਜੀ ਉਹਨਾਂ 'ਚ ਇੰਨਾ ਦਮ ਆ, ਮੈਂ ਦਮੇ ਨਾਲ ਕਹਿੰਦਾ ਉਹ 10 ਜਣੇ ਆ ਜਾਣ, ਇੱਥੇ ਇਕੱਲਾ ਹੀ ਠੋਕ ਠੋਕ ਕੇ ਰੱਖ ਦਿਆਂਗੇ ਇਹੋ ਜਿਹੇ ਕੁੱਤਿਆਂ ਨੂੰ। ਇਹਨਾਂ ਦੀ ਜਿਹੜੀ ਸੋਚ ਆ, ਇਹਨਾਂ ਨੂੰ ਫਾਂਸੀ ਦੀ ਸਜ਼ਾ ਨਹੀਂ, ਜਿਨ੍ਹਾਂ ਨੇ ਗੰਦੀ ਸੋਚ ਸੋਚੀ, ਮੇਰੇ ਹਿਸਾਬ ਨਾਲ ਇਹਨਾਂ ਦੀ ਸਜ਼ਾ ਕੀ ਹੋਣੀ ਚਾਹੀਦੀ ਆ? ਇਹਨਾਂ ਨੂੰ ਮਾਰ ਕੇ, ਇਹਨਾਂ ਦਾ ਕਤਲ ਕਰਕੇ, ਇਹਨਾਂ ਦਾ ਦਿਮਾਗ ਬਾਹਰ ਕੱਢ ਕੇ ਕੁੱਤਿਆਂ ਕੋਲ ਦਿਮਾਗ 'ਤੇ ਪਿਸ਼ਾਬ ਕਰਾਉਣਾ ਚਾਹੀਦਾ। ਕਿਹੋ ਜਿਹੀ ਸੋਚ ਕੋਈ ਜ਼ਿੰਦਗੀ 'ਚ ਸੋਚੇ ਨਾ। ਐਡੀ ਗੰਦੀ ਸੋਚ, ਔਰ ਬੀਜੇਪੀ ਸਰਕਾਰ ਚੁੱਪੀ ਤਾੜ ਕੇ ਬੈਠੀ ਆ। ਸ਼ਰਮ ਨਲਾਇਕ ਸਭ ਤੋਂ ਪ੍ਰਧਾਨ ਮੰਤਰੀ ਮੋਦੀ ਸਾਬਤ ਹੋ ਰਿਹਾ ਦੇਸ਼ ਦਾ। ਸਾਡੀ ਬਟਾਲਾ ਤੋਂ ਲਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ, ਪੰਜਾਬ ਹਰਿਆਣਾ ਲਾਈਵ।